ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਉਹਨੂੰ ਕੰਮ ਦੇ ਕਰਕੇ ਮੇਰੇ ਕੋਲ ਰਿਪਲਾਈ ਨਹੀਂ ਹੁੰਦਾ ਜਿਹੜੇ ਕਮੈਂਟ ਆ ਉਹ ਬਹੁਤ ਜ਼ਿਆਦਾ ਜਿਹੜੇ ਕਮੈਂਟ ਆਉਂਦੇ ਤਾਂ ਮੈਂ ਕੋਸ਼ਿਸ਼ ਹੁਣ ਕਰੂੰਗਾ ਕਿ ਉਹਨਾਂ ਦਾ ਮੈਂ ਰਿਪਲਾਈ ਹੈ ਨਾ ਕਰਾਂ ਜਿੰਨਾ ਕੁ ਮੈਨੂੰ ਨੌਲੇਜ ਆ ਜਿੰਨਾ ਕੁ ਮੈਨੂੰ ਪਤਾ ਸਭ ਤੋਂ ਪਹਿਲਾਂ ਮੈਨੂੰ ਜ਼ਿਆਦਾ ਪੁੱਛਦੇ ਰਹਿੰਦੇ ਉੱਥੋਂ ਇੰਡੀਆ ਤੋਂ ਹੁਣ ਜਿਨ੍ਹਾਂ ਨੇ ਵੀ ਵੀਰਾਂ ਨੇ ਅਪਲਾਈ ਕੀਤਾ ਉਹ ਪੁੱਛਦੇ ਰਹਿੰਦੇ ਆ ਕਿ ਆਹ ਕੰਪਨੀ ਕਿੱਦਾਂ ਦੀ ਇੱਥੇ ਜਾਂ ਆਹ ਕੰਪਨੀ ਅਤੇ ਇੱਕ ਡਾਊਟ ਤੁਹਾਡੇ ਮਨ 'ਚ ਹੋਰ ਹੋਊਗਾ ਤਾਂ ਵੀ ਮੈਂ ਪਹਿਲਾਂ ਮੈਂ ਕੰਪਨੀਆਂ ਦੀ ਵੀਡੀਓ ਵੀ ਬਣਾਉਂਦਾ ਸੀ ਹਰ ਕੰਪਨੀ ਬਾਰੇ ਮੈਂ ਦੱਸਦਾ ਸੀ ਨਾ ਵੀ ਜਿੰਨੀ ਕੁ ਮੈਨੂੰ ਇਨਫੋਰਮੇਸ਼ਨ ਮਿਲਦੀ ਸੀ ਵੀ ਇਹ ਕੰਪਨੀ ਚੰਗੀ ਆ ਜਾਂ ਮਾੜੀ ਆ ਅਤੇ ਹੁਣ ਮੈਂ ਕਿਉਂ ਨਹੀਂ ਦੱਸ ਰਿਹਾ ਅਤੇ ਇਹਦਾ ਮੈਂ ਤੁਹਾਨੂੰ ਕਾਰਨ ਦੱਸਣਾ ਚਾਹੁੰਦਾ ਕਿ 70-80% ਜਿਹੜੀਆਂ ਕੰਪਨੀਆਂ ਨਾ ਉਹ ਠੇਕੇਦਾਰ ਆ ਛੋਟੀਆਂ ਛੋਟੀਆਂ ਕੰਪਨੀਆਂ ਉਹ ਕਿਸੇ 'ਚ 10 ਬੰਦੇ ਕਿਸੇ 'ਚ 20 ਮੈਂ ਪਹਿਲੀਆਂ ਵੀਡੀਓ 'ਚ ਵੀ ਤੁਹਾਨੂੰ ਦੱਸਿਆ ਵਾ ਅਤੇ ਉਹਦੇ 'ਚ ਕੀ ਹੁੰਦਾ ਕਿ ਉਹ ਉਹਨਾਂ ਕੋਲ ਲਿਮਿਟ ਦਾ ਹੀ ਕੰਮ ਹੁੰਦਾ ਇੱਥੇ ਜਿਹੜੀਆਂ ਏਜੰਸੀਆਂ ਵਾ ਜਿਹੜੇ ਬੀਜੇ ਕਢਾਉਂਦੇ ਆ ਉਹ ਸੱਦ ਲੈਂਦੇ ਆ ਬੰਦਿਆਂ ਨੂੰ ਅਤੇ ਇੱਥੇ ਕੰਟੈਕਟ ਕਰ ਲੈਂਦੇ ਵੀ ਕਿਹੜੀ ਕੰਪਨੀ ਨੂੰ ਕਿੰਨੇ ਬੰਦੇ ਚਾਹੀਦੇ ਆ ਜਿਹੜੀਆਂ ਵੱਡੀਆਂ ਕੰਪਨੀਆਂ ਵੀ ਹੈਗੀਆਂ ਇੱਥੇ ਪਰ ਬਹੁਤ ਥੋੜ੍ਹੀਆਂ ਕੰਪਨੀਆਂ ਛੋਟੀਆਂ ਕੰਪਨੀਆਂ ਜ਼ਿਆਦੀਆਂ ਵਾ ਛੋਟੀਆਂ ਕੰਪਨੀਆਂ ਛੋਟੇ ਕੰਮ ਫੜਦੀਆਂ ਜਿੱਦਾਂ ਸੜਕ ਦਾ ਕੰਮ ਲੈ ਲਓ ਜਾਂ ਬਿੱਲਿਆਂ ਦਾ ਕੰਮ ਜਾਂ ਛੋਟੀ ਬਿਲਡਿੰਗ ਦਾ 5-6 ਮਹੀਨੇ ਵਾਲਾ ਜਾਂ ਸਾਲ ਵਾਲਾ ਅਤੇ ਵੱਡੀਆਂ ਕੰਪਨੀਆਂ ਵੀ ਹੈਗੀਆਂ ਜਿਹਨਾਂ ਕੋਲ ਵੱਡੇ ਕੰਮ ਵੀ ਹੈਗੇ ਆ ਅਤੇ ਉਹ ਉਹਨਾਂ ਕੋਲ ਉਹ ਆਪ ਵੀ ਬਣਾ ਕੇ ਬਿਲਡਿੰਗਾਂ ਵੇਚਦੇ ਆ ਜਾਂ ਜਿੱਦਾਂ ਵੀ ਲਾ ਲਓ ਅਤੇ ਜਿਹੜੇ ਛੋਟੇ ਹੈਗੇ ਠੇਕੇਦਾਰ ਟਾਈਪ ਜਿਹੜੀਆਂ ਕੰਪਨੀਆਂ ਵਾ ਅਤੇ ਉਹਨਾਂ ਕੋਲ ਥੋੜ੍ਹੇ ਛੋਟੇ ਹੀ ਕੰਮ ਹੁੰਦੇ ਆ ਉਹ ਜਿੰਨਾ ਚਿਰ ਕੰਮ ਹੁੰਦਾ ਤਾਂ ਉਨਾ ਚਿਰ ਤੁਹਾਨੂੰ ਰੱਖਦੇ ਆ ਅਤੇ ਬਾਅਦ ਤੁਹਾਨੂੰ ਕੱਢ ਦਿੰਦੇ ਆ ਜਾਂ ਤੁਹਾਨੂੰ ਕਹਿ ਦਿੰਦੇ ਕਿ ਤੁਸੀਂ ਆਪਦਾ ਕੰਮ ਲੱਭ ਲਓ ਉੱਥੇ ਬੰਦੇ ਨੂੰ ਪ੍ਰੋਬਲਮ ਹੁੰਦੀ ਇਸ ਕਰਕੇ ਮੈਂ ਵੀਡੀਓ ਨਹੀਂ ਬਣਾਉਂਦਾ ਅਤੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਛੋਟੇ ਜਿਹੜੀ ਕੰਪਨੀਆਂ ਵਾ ਉਹਦੇ ਵਿੱਚ ਇੱਦਾਂ ਹੁੰਦਾ ਕਿ ਕੰਪਨੀ ਕੋਲ ਸਾਲ ਦਾ ਕੰਮ ਜਾਂ 6 ਮਹੀਨੇ ਦਾ ਕੰਮ ਆ ਅਤੇ ਉਹ ਉਨਾ ਚਿਰ ਤੁਹਾਨੂੰ ਰੱਖਣਗੇ ਸਾਰਾ ਕੁਛ ਤੁਹਾਨੂੰ ਕਰਾਉਣਗੇ ਬਾਅਦ ਵਿੱਚ ਉਹ ਜਾਂ ਤਾਂ ਤੁਹਾਨੂੰ ਤੰਗ ਕਰਨਗੇ ਜਾਂ ਤੁਹਾਨੂੰ ਕਹਿ ਦੇਣਗੇ ਵੀ ਤੁਸੀਂ ਆਪਣੀ ਹੋਰ ਕੰਪਨੀ ਲੱਭ ਲਓ ਅਤੇ ਉੱਥੇ ਫਿਰ ਜੇ ਉਹ ਕੰਪਨੀ ਜੇ ਮੈਂ ਉਹਨਾਂ ਉਸ ਕਿਸੇ ਵੀ ਕੰਪਨੀ ਬਾਰੇ ਪਤਾ ਕਰਦਾ ਜੇ ਉਹ ਇਸ ਟਾਈਮ ਕੰਪਨੀ ਵਧੀਆ ਵਾ ਹੋ ਸਕਦਾ ਤੁਸੀਂ 6 ਮਹੀਨੇ ਬਾਅਦ ਆਓ ਜਾਂ 2 ਮਹੀਨੇ ਬਾਅਦ ਆਓ ਜਾਂ 3 ਮਹੀਨੇ ਬਾਅਦ ਆਓ ਅਤੇ ਉਹ ਕੰਪਨੀ ਬੇਕਾਰ ਹੋ ਜਾਵੇ ਫਿਰ ਮੈਨੂੰ ਮੈਸੇਜ ਕਰਦੇ ਕਿ ਤੁਸੀਂ ਕਿਹਾ ਸੀ ਕਿ ਕੰਪਨੀ ਵਧੀਆ ਸੋ ਇੱਥੇ ਕੰਪਨੀ ਦਾ ਕੋਈ ਭਰੋਸਾ ਨਹੀਂ ਇੱਥੇ ਕੰਟਰਕਸ਼ਨ ਜਿਹੜੇ ਛੋਟੇ ਛੋਟੇ ਠੇਕੇਦਾਰ ਆ ਕੋਈ ਪਤਾ ਨਹੀਂ ਕਦੋਂ ਕਿੰਨੇ ਬੰਦੇ ਨੂੰ ਕੱਢ ਦੇਣਾ ਜਾਂ ਕਿਸ ਕੰਪਨੀ ਨੇ ਬੰਦੇ ਨੂੰ ਰੱਖ ਲੈਣਾ ਬਹੁਤ ਬੰਦਿਆਂ ਨਾਲ ਇੱਦਾਂ ਹੋਈ ਆ ਅਤੇ ਇੱਥੇ ਇੱਕ ਏਜੰਸੀ ਆ ਉਹ ਵਧੀਆ ਕੰਮ ਕਰਦੇ ਆ ਅਤੇ ਉਹ ਬੰਦੇ ਸਾਰੇ ਬੰਦੇ ਉਹਨਾਂ ਕੋਲ ਜਾਂਦੇ ਫਿਰ ਉਹ ਹੋਰ ਕੰਪਨੀਆਂ ਲੱਭ ਕੇ ਉਹਨਾਂ ਵਿੱਚ ਤੁਹਾਨੂੰ ਭੇਜਦੇ ਆ ਅਤੇ ਉਹਨਾਂ ਟਾਈਮ ਉਹ ਆਪਣੇ ਕੋਲ ਹੀ ਰੱਖਦੇ ਆ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਉਹੀ ਕਰਦੇ ਆ ਤੋਂ ਬਾਅਦ 'ਚ ਤੁਹਾਡੇ ਕੋਲ ਪੈਸੇ ਲੈਣਗੇ 200-300-400 ਯੂਰੋ ਜਿੰਨਾ ਵੀ ਉਹ ਲੈਂਦੇ ਆ ਸੋ ਕੰਪਨੀਆਂ ਜਿਹੜੀਆਂ ਵਾ ਉਹ ਉਹਨਾਂ ਵਿੱਚ ਰੱਖਦੀਆਂ ਬੰਦੇ ਨੇ ਕੁਝ ਕੰਪਨੀਆਂ ਲੰਮੇ ਟਾਈਮ ਵੀ ਰੱਖਦੀਆਂ ਚੰਗੀਆਂ ਕੰਪਨੀਆਂ ਹੈਗੀਆਂ ਚੰਗੀਆਂ ਕੰਪਨੀਆਂ ਬਹੁਤ ਘੱਟ ਆ 80% ਕੰਪਨੀਆਂ ਇੱਦਾਂ ਦੀਆਂ ਇੱਥੇ ਜਿਹੜੀਆਂ ਸਾਲ ਜਾਂ 6 ਮਹੀਨੇ ਕੰਮ ਕਰਾਉਂਦੀਆਂ ਅਤੇ ਬਾਅਦ 'ਚ ਕੱਢ ਦਿੰਦੀਆਂ ਕਿਉਂਕਿ ਮੈਨੂੰ ਬਹੁਤ ਮੈਸੇਜ ਆਉਂਦੇ ਆ ਤਕਰੀਬਨ ਇੱਥੇ ਬਹੁਤ ਬੰਦਿਆਂ ਦਾ ਪਤਾ ਲੱਗਾ ਵੀ ਤਕਰੀਬਨ ਬਹੁਤ ਬੰਦੇ ਆ ਜਿਹੜੇ ਕੰਪਨੀ ਛੱਡ ਕੇ ਜਾ ਰਹੇ ਜਾਂ ਉਹਨਾਂ ਨੂੰ ਕੰਪਨੀ ਕੱਢ ਰਹੀ ਆ ਜਾਂ ਜਿਨ੍ਹਾਂ ਨੂੰ ਕੰਪਨੀ ਸੈਲਰੀ ਨਹੀਂ ਟਾਈਮ ਟੂ ਟਾਈਮ ਦੇ ਰਹੀ ਉਹ ਬੰਦੇ ਜਾ ਰਹੇ ਆ ਦੂਸਰੀਆਂ ਕੰਪਨੀਆਂ ਵਿੱਚ ਜਾਂ ਜਿਨ੍ਹਾਂ ਨੂੰ ਤੰਗ ਕਰ ਰਹੇ ਆ ਸੋ ਬੜੇ ਇੱਦਾਂ ਦੇ ਮਤਲਬ ਇੱਥੇ ਕੇਸ ਹੁੰਦੇ ਆ ਇਸ ਕਰਕੇ ਮੈਂ ਕੰਪਨੀਆਂ ਦੀ ਵੀਡੀਓ ਨਹੀਂ ਬਣਾ ਰਿਹਾ ਹੈਗਾ ਕਿਉਂਕਿ ਇੱਥੇ ਕੰਪਨੀ ਦਾ ਕੋਈ ਭਰੋਸਾ ਨਹੀਂ ਵੀ ਕਿਹੜੀ ਕੰਪਨੀ ਚੰਗੀ ਆ ਜਾਂ ਮਾੜੀ ਆ ਠੀਕ ਆ ਸੋ ਇਸ ਕਰਕੇ ਮੈਂ ਕੰਪਨੀ ਦੀ ਵੀਡੀਓ ਨਹੀਂ ਬਣਾਉਂਦਾ ਅਤੇ ਤੁਸੀਂ ਆਓ ਇੱਥੇ ਆ ਕੇ ਜੇ ਤੁਹਾਨੂੰ ਕੰਪਨੀ ਚੰਗੀ ਨਹੀਂ ਲੱਗੀ ਜਾਂ ਤੁਹਾਨੂੰ ਤੰਗ ਕਰਦੇ ਤੁਸੀਂ ਚੇਂਜ ਕਰ ਸਕਦੇ ਇੱਥੇ ਇੱਦਾਂ ਨਹੀਂ ਹੈਗਾ ਮਿਡਲ ਈਸਟ ਵਾਂਗੂ ਅਰਬ ਵਾਂਗੂ ਕਿ ਤੁਹਾਨੂੰ ਇੰਡੀਆ ਭੇਜ ਦੇਣਗੇ ਸੋ ਇੱਦਾਂ ਦੀ ਪ੍ਰੋਬਲਮ ਨਹੀਂ ਹੈਗੀ ਤੁਸੀਂ ਚੇਂਜ ਕਰ ਸਕਦੇ ਹੋ ਕੰਪਨੀ ਸੋ ਬਾਕੀ ਰੂਲ ਤੁਹਾਨੂੰ ਮੈਂ ਦੱਸੇ ਸਾਰਾ ਕੁਛ ਵੀ ਕਿੱਦਾਂ ਕੰਪਨੀ ਚੇਂਜ ਕਰਨੀ ਉਹ ਵੀ ਵੀਡੀਓ ਹੈਗੀ ਹੈ ਵਿੱਚ ਉਹ ਤੋਂ ਬਾਅਦ ਜਿਹੜੇ ਫਰੈਸ਼ ਆ ਉਹ ਪੁੱਛਦੇ ਰਹਿੰਦੇ ਆ ਕਿ ਅਸੀਂ ਆ ਸਕਦੇ ਹਾਂ ਹਾਂਜੀ ਜਿਹੜੇ ਫਰੈਸ਼ ਬੰਦੇ ਆ ਉਹਨਾਂ ਦੇ ਵੀਜ਼ੇ ਵੀ ਲੱਗੇ ਆ ਉਹ ਬੰਦੇ ਵੀ ਇੱਥੇ ਮੈਨੂੰ ਮਿਲੇ ਆ ਜਿਹੜੇ ਪਹਿਲੀ ਵਾਰੀ ਰਮਾਨੀਆ ਆਏ ਆ ਅਤੇ ਫਰੈਸ਼ ਦੇ ਵੀਜ਼ੇ ਵੀ ਲੱਗਦੇ ਆ ਇਹ ਆ ਕਿ ਤੁਹਾਨੂੰ ਕੰਮ ਆਉਣਾ ਚਾਹੀਦਾ ਜਾਂ ਜਦੋਂ ਇੱਥੋਂ ਡੈਲੀਗੇਸ਼ਨ ਜਾਂਦਾ ਕੋਈ ਉਹ ਇੰਟਰਵਿਊ ਲੈਂਦਾ ਅਤੇ ਤੁਸੀਂ ਉਸ ਇੰਟਰਵਿਊ 'ਚ ਪਾਸ ਹੋਣੇ ਚਾਹੀਦੇ ਆ ਅਤੇ ਫਰੈਸ਼ ਬੰਦੇ ਵੀ ਆਏ ਆ ਬਹੁਤ ਬੰਦੇ ਮੈਨੂੰ ਇੱਦਾਂ ਦੇ ਇੱਥੇ ਮਿਲੇ ਆ ਵਰਕਰ ਜਿਹੜੇ ਫਰੈਸ਼ ਆਏ ਆ ਅਤੇ ਉਹਦੇ ਤੋਂ ਬਾਅਦ 'ਚ ਇੱਕ ਹੋਰ ਜਿਹੜਾ ਕਮੈਂਟ ਆਉਂਦਾ ਕਿ ਜਦੋਂ ਪਾਸਪੋਰਟ ਸਾਡਾ ਅੰਬੈਸੀ ਚੱਲ ਜਾਂਦਾ ਵਾ ਅਤੇ ਉਹ ਤੋਂ ਬਾਅਦ ਵੀਜ਼ਾ ਕਿੰਨੇ ਟਾਈਮ ਵਿੱਚ ਲੱਗ ਕੇ ਆਉਂਦਾ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਿ ਕੁਝ ਬੰਦਿਆਂ ਨੂੰ ਅੰਬੈਸੀ ਬੁਲਾਉਂਦੀ ਹੈ ਕੁਝ ਬੰਦੇ ਜਿਹੜੇ ਅੰਬੈਸੀ 'ਚ ਜਾਂਦੇ ਆ ਠੀਕ ਆ ਉਹਨਾਂ ਦੀ ਅਪਾਇੰਟਮੈਂਟ ਹੁੰਦੀ ਉਹ ਆਪ ਜਾਂਦੇ ਆ ਆਪਣੇ ਹੱਥੀਂ ਪਾਸਪੋਰਟ ਅਤੇ ਸਾਰੇ ਡਾਕੂਮੈਂਟ ਆਪ ਸਬਮਿਟ ਕਰਦੇ ਆ ਉੱਥੇ ਮਾੜਾ ਮੋਟਾ ਗੱਲਬਾਤ ਕਰਕੇ ਅਤੇ ਉਹਨਾਂ ਦੀ ਕਲੀਅਰ ਹੁੰਦੇ ਆ ਅਤੇ ਕਈਆਂ ਨੂੰ ਜਾਣ ਦੀ ਲੋੜ ਨਹੀਂ ਪੈਂਦੀ ਦਿੱਲੀ ਅੰਬੈਸੀ ਦੇ ਵਿੱਚ ਉਹਨਾਂ ਦੇ ਜਿਹੜੇ ਏਜੰਟ ਉਹੀ ਅੰਦਰ ਪਾਸਪੋਰਟ ਭੇਜ ਦਿੰਦੇ ਆ ਅਤੇ ਉਹ ਵੀਜ਼ਾ ਲੱਗ ਕੇ ਆ ਜਾਂਦਾ ਵੀਜ਼ਾ 2-3 ਦਿਨ ਦੇ ਵਿੱਚ ਲੱਗ ਜਾਂਦਾ ਮੰਨ ਲਓ ਜੇ ਤੁਸੀਂ
ਸੋਮਵਾਰ ਨੂੰ ਤੁਸੀਂ ਪਾਸਪੋਰਟ ਦਿੰਦੇ ਹੋ ਉੱਥੇ, ਮੰਗਲਵਾਰ ਜਾਂ ਬੁੱਧਵਾਰ ਨੂੰ 12 ਵਜੇ ਤੋਂ ਬਾਅਦ ਤੁਹਾਨੂੰ ਤੁਹਾਡਾ ਵੀਜ਼ਾ ਸਟਿੱਕਰ ਵੀਜ਼ਾ ਲੱਗ ਕੇ ਪਾਸਪੋਰਟ ਮਿਲ ਜਾਂਦਾ। ਪਾਸਪੋਰਟ ਅੰਬੈਸੀ 'ਚ ਜੇ ਜਾਂਦਾ ਸੋਮਵਾਰ ਨੂੰ ਜੇ ਮੰਨ ਲਓ ਗਿਆ ਵਾ, ਮੰਗਲਵਾਰ ਨੂੰ 12 ਵਜੇ ਤੋਂ ਬਾਅਦ ਜਾਂ ਬੁੱਧਵਾਰ ਨੂੰ 12 ਵਜੇ ਤੋਂ ਬਾਅਦ, ਯਾਨੀ 3 ਦਿਨ ਦੇ ਵਿੱਚ ਪਾਸਪੋਰਟ ਤੁਹਾਨੂੰ ਸਟੰਪ ਹੋ ਕੇ ਮਿਲ ਜਾਂਦਾ। ਕੋਈ 10 ਦਿਨ ਨਹੀਂ ਲੱਗਦੇ, ਕੋਈ 20 ਦਿਨ ਨਹੀਂ ਲੱਗਦੇ ਹੈਗੇ ਅੰਬੈਸੀ ਦੇ ਵਿੱਚ ਜਦੋਂ ਵੀਜ਼ਾ ਲੱਗਦਾ ਵਾ, ਠੀਕ ਆ ਜੀ। ਸੋ ਪਾਸਪੋਰਟ ਨੂੰ 2 ਜਾਂ 3 ਦਿਨਾਂ ਦੇ ਵਿੱਚ ਤੁਹਾਡਾ ਵੀਜ਼ਾ ਲੱਗ ਕੇ ਆ ਜਾਂਦਾ ਜਦੋਂ ਤੁਹਾਡਾ ਪਾਸਪੋਰਟ ਅੰਬੈਸੀ ਦੇ ਅੰਦਰ ਜਾਂਦਾ ਵਾ। ਬਹੁਤਾ ਟਾਈਮ ਉਹ ਪਾਸਪੋਰਟ ਨਹੀਂ ਰੱਖਦੇ ਹੈਗੇ, ਬਾਕੀ ਏਜੰਟ ਝੂਠ ਵੀ ਬੋਲਦੇ ਆ ਕਿ 15 ਦਿਨ ਹੋ ਗਏ ਤੁਹਾਡਾ ਪਾਸਪੋਰਟ ਗਏ ਨੂੰ ਜਾਂ ਕਿੱਦਾਂ, ਜਾਂ ਅੰਬੈਸੀ ਬੰਦ ਹੋ ਗਈ, ਉਹ ਵੱਖਰੀ ਆ। ਮੰਨ ਲਓ ਜੇ ਤੁਹਾਡਾ ਪਾਸਪੋਰਟ ਗਿਆ ਅੰਬੈਸੀ ਦੇ ਅੰਦਰ 3 ਦਿਨਾਂ ਦੇ ਵਿੱਚ ਜਾਂ 2 ਜਾਂ 3 ਦਿਨਾਂ ਦੇ ਵਿੱਚ ਪਾਸਪੋਰਟ ਵੀਜ਼ਾ ਲੱਗ ਕੇ ਆ ਜਾਂਦਾ, ਕਿਉਂਕਿ ਅਸੀਂ ਖੁਦ ਵੀ ਗਏ ਹਾਂ ਅੰਬੈਸੀ ਦੇ ਵਿੱਚ ਅਤੇ ਸਾਨੂੰ ਸਾਰਾ ਤਾਂ ਪਤਾ ਵਾ। ਅਤੇ ਉਹਦੇ ਤੋਂ ਬਾਅਦ ਪਾਕਿਸਤਾਨ ਤੋਂ ਮੈਸੇਜ ਬਹੁਤ ਕਰਦੇ ਕਿ ਸਾਡੀ ਅੰਬੈਸੀ ਕਦੋਂ ਖੁੱਲੂਗੀ। ਯਾਰ ਪਾਕਿਸਤਾਨ ਦੇ ਵਿੱਚ ਅੰਬੈਸੀ ਦੀ ਮੈਨੂੰ ਹੈ ਨਾ ਇੰਨੀ ਨੌਲੇਜ ਨਹੀਂ ਹੈਗੀ ਕਿ ਉਹ ਕਦੋਂ ਖੁੱਲੂਗੀ ਕਦੋਂ ਨਹੀਂ, ਅਤੇ ਉਹ ਤੁਸੀਂ ਆਪ ਜੇ ਕੰਟੈਕਟ ਕਰ ਸਕਦੇ ਹੋ ਤੋ ਕਰ ਲਓ, ਨਹੀਂ ਤਾਂ ਮੈਂ ਤੁਹਾਨੂੰ ਕਮੈਂਟ ਦੇ ਵਿੱਚ ਹੈ ਨਾ ਨੰਬਰ ਲੱਭ ਕੇ ਤੁਹਾਡੀ ਅੰਬੈਸੀ ਦਾ ਅਤੇ ਤੁਹਾਨੂੰ ਮੈਂ ਸੈਂਡ ਕਰ ਦੂੰਗਾ ਜਿਸ ਵੀ ਵੀਰ ਨੂੰ ਲੋੜ ਹੋਊਗੀ। ਅਤੇ ਉਹ ਮੈਂ ਪਾਕਿਸਤਾਨ ਦੇ ਵਿੱਚ ਜਿਹੜੀ ਰੋਮਾਨੀਆ ਦੀ ਅੰਬੈਸੀ ਉਹਨੂੰ ਮੈਂ ਨੰਬਰ ਲੱਭ ਕੇ ਤੁਹਾਨੂੰ ਸੈਂਡ ਕਰ ਦੂੰਗਾ। ਅੱਜ ਇੱਕ ਜਿਹੜਾ ਕਮੈਂਟ ਆਉਂਦਾ ਰਹਿੰਦਾ ਕਿ ਫਲਾਈਟਾਂ ਹੈ ਨਾ ਵੀ ਹੁਣ ਫਲਾਈਟਾਂ ਚੱਲਦੀਆਂ ਜਾਂ ਨਹੀਂ, ਫਲਾਈਟਾਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਇੱਥੋਂ ਫਲਾਈਟਾਂ ਚੱਲ ਜਾ ਵੀ ਰਹੀਆਂ ਅਤੇ ਆ ਵੀ ਰਹੀਆਂ, ਫਲਾਈਟਾਂ ਨਹੀਂ ਬੰਦ ਹੋਈਆਂ ਹੈਗੀਆਂ, ਠੀਕ ਹੈ ਜੀ। ਅਤੇ ਇਹ ਆ ਥੋੜ੍ਹਾ ਜਿਹਾ ਇਹਦਾ ਮਤਲਬ ਕਿ ਜਿਹੜੀਆਂ ਫਲਾਈਟ ਆ ਉਹ ਮਹਿੰਗੀਆਂ ਹੋਈਆਂ, ਟਿਕਟਾਂ ਥੋੜ੍ਹੀਆਂ ਮਹਿੰਗੀਆਂ ਹੋ ਗਈਆਂ ਵਾ ਜੇ ਤੁਸੀਂ ਇੰਡੀਆ ਨੂੰ ਜਾਂਦੇ ਜਾਂ ਇੰਡੀਆ ਤੋਂ ਆਉਂਦੇ ਹੋ ਅਤੇ ਉਹ ਥੋੜ੍ਹੀਆਂ ਟਿਕਟਾਂ ਮਹਿੰਗੀਆਂ ਹੋ ਗਈਆਂ ਵਾ, ਅਤੇ ਉਹ ਤੁਸੀਂ ਸਾਰਾ ਆਪਦਾ ਦੇਖ ਕੇ ਚੈੱਕ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਟਿਕਟ ਕਰਾਉਣ ਤੋਂ ਪਹਿਲਾਂ ਤੁਸੀਂ ਜਿਸ ਏਅਰਲਾਈਨ ਦੀ ਟਿਕਟ ਕਰਾ ਰਹੇ ਹਾਂ ਉਹਨੂੰ ਇੱਕ ਮੇਲ ਜਾਂ ਟੈਲੀਫੋਨ ਕਰਕੇ ਫੋਨ ਕਰਕੇ ਕਨਫਰਮ ਕਰ ਲਓ ਕਿ ਇਹ ਏਅਰਲਾਈਨ ਚੱਲ ਮਤਲਬ ਇਹ ਚੱਲ ਰਹੀ ਆ ਜਿਸ ਕੰਟਰੀ 'ਚ ਵੀ ਤੁਸੀਂ ਜਾਣਾ ਵਾ। ਸੋ ਇਹ ਬਹੁਤ ਜ਼ਰੂਰੀ ਆ। ਸੋ ਬਾਕੀ ਮੈਂ ਕੋਸ਼ਿਸ਼ ਕਰੂੰਗਾ ਅੱਗੇ ਤੋਂ ਵੀ ਇੱਦਾਂ ਦੀਆਂ ਵੀਡੀਓ ਵੀ ਮੈਂ ਬਣਾਵਾਂ ਜਿੰਨੇ, ਕਿਉਂਕਿ ਮੇਰੇ ਕੋਲ ਹਰ ਬੰਦੇ ਦਾ ਮੈਂ ਰਿਪਲਾਈ ਨਹੀਂ ਕਰ ਸਕਦਾ ਕਿਉਂਕਿ ਮੈਂ ਖੁਦ ਵੀ ਕੰਮ ਕਰਦਾ, ਖੁਦ ਵੀ ਜੋਬ ਕਰਦਾ ਉਹਦੇ ਕਰਕੇ। ਸੋ ਮੈਂ ਕੋਸ਼ਿਸ਼ ਕਰੂੰਗਾ ਮੈਂ ਇੱਦਾਂ ਦੀਆਂ ਵੀਡੀਓ ਵੀ ਬਣਾਵਾਂ ਜਿਨ੍ਹਾਂ ਵਿੱਚ ਮੈਂ ਤੁਹਾਡਾ ਸਾਰੇ ਜਿੰਨੇ ਵੀ ਤੁਸੀਂ ਹੈ ਨਾ ਜੋ ਵੀ ਪੁੱਛਦੇ ਉਹਦਾ ਮੈਂ ਰਿਪਲਾਈ ਕਰਨ ਦੀ ਕੋਸ਼ਿਸ਼ ਕਰੂੰਗਾ। ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ। ਸੋ ਥੈਂਕ